ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤ ਜੀਵਨ ਦਾ ਅਸਲ ਸੱਚ ਹੈ ਜਿਸ ਨੂੰ ਸਮਝਣਾ ਜ਼ਿੰਦਗੀ 'ਚ ਰਾਸ ਪੜ ਦਿੰਦਾ ਹੈ ਸਮਝਣ ਦੇ ਲਈ ਸੱਚ ਦਾ ਗਿਆਨ ਹੋਣਾ ਲਾਜ਼ਮੀ ਹੈ ਜੋ ਪਰਿਪੂਰਨ ਪਰਮੇਸ਼ਰ ਆਪਣੀ ਵਿਆਪਕਤਾ ਰਾਹੀਂ ਸਾਨੂੰ ਕਰਾਉਂਦਾ ਹੈ ਅੱਜ ਦੇ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੋਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੋ ਜਿਸ ਮਾਲਕ ਨੇ ਜਿਸ ਪਰਮੇਸ਼ਰ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੋਇਆ ਏ ਜਿਸ ਨੇ ਸ੍ਰਿਸ਼ਟੀ ਰਚਨਾ ਰਾਜ ਕੇ ਆਪਣੀ ਜੋਤ ਦੁਆਰਾ ਸਾਰੇ ਸੰਸਾਰ ਨੂੰ ਹਰਾ ਪਰਾ ਕੀਤਾ ਹੋਇਆ ਏ ਆਪ ਖਾਕ ਜਨ ਬੰਧ ਰਹੀ ਧਨ ਸਿਰਜਨਹਾਰੋ ਜਿਸਨੇ ਆਪਣੀ ਰਚਨਾ ਦੁਆਰਾ ਪਾਣੀ ਤੇ ਮਿੱਟੀ ਦੋਵੇਂ ਵਿਰੋਧੀ ਤੱਤ ਨੇ ਪਰਦਵਾਂ ਨੂੰ ਇਕੱਠਾ ਕੀਤਾ ਹੋਇਆ ਏ ਉਹ ਸਿਰਜਨਹਾਰ ਤਾਨਾ ਕਮਾਲ ਦਾ ਹੈ ਉਹ ਪਰਮੇਸ਼ਰ ਉਹ ਰਚਨਹਾਰਾ ਉਸ ਦੀ ਸਿਫਤ ਸਲਾਹ ਕਰਨੀ ਸੱਚਮੁੱਚ ਬਣਦੀ ਹੈ ਮਰਨਾ ਮੁੱਲਾ ਮਰਨਾ ਕੀ ਸਿਆਣੇ ਮਨੋਖੇ ਮੁੱਲਾ ਤੋ ਸਮਝ ਮੌਤ ਹਰੇਕ ਦੇ ਸਿਰ ਤੇ ਹੈ ਸਭ ਨੇ ਇੱਕ ਦਿਨ ਮਰਨਾ ਹੈ ਪਰ ਸਾਡੇ ਬਿਲਕੁਲ ਵੀ ਇਹ ਚੇਤੇ ਨਹੀਂ ਭੀ ਕਰਤਾਰ ਹੁ ਡਰਨਾ ਰਹਾਓ ਪਰ ਬਹੁਤੇ ਲੋਕ ਨੇ ਜਿਹੜੇ ਮੌਤ ਦਾ ਡਰ ਵੀ ਰੱਖਦੇ ਨੇ ਤੇ ਮੌਤ ਦੇ ਡਰ ਦੇ ਕਾਰਨ ਰੱਬ ਨੂੰ ਯਾਦ ਕਰਦੇ ਨੇ ਰੱਬ ਤੋਂ ਡਰਦੇ ਨੇ ਪਰ ਸੱਚਾ ਗਿਆਨ ਸਮਝਣ ਦਾ ਯਤਨ ਨਹੀਂ ਕਰਦੇ ਜਿਸ ਨੇ ਸਾਨੂੰ ਜੀਵਨ ਵਿੱਚ ਅਸਲ ਸੁੱਖ ਦੇਣਾ ਹੈ ਕਿਉਂਕਿ ਰੱਬ ਕੋਈ ਡਰਨ ਦੀ ਸ਼ੈ ਨਹੀਂ ਮੰਨਣ ਦਾ ਵਿਸ਼ਾਏ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਸੋ ਮਜਬੀ ਕਿਤਾਬਾਂ ਨੀ ਰੀਆਂ ਪੜ ਲੈਣ ਦੇ ਨਾਲ ਅਸਲ ਕਾਜੀ ਮੁੱਲਾ ਨਹੀਂ ਬਣ ਸਕੀਦਾ ਸਿਆਣੇ ਨਹੀਂ ਬਣ ਸਕੀਦਾ ਤਦੋਂ ਹੀ ਤੂੰ ਸਿਆਣਾ ਏ ਤਦੋਂ ਹੀ ਆਪਣੇ ਆਪ ਨੂੰ ਮੁੱਲਾ ਸਮਝੀ ਤਦੋਂ ਹੀ ਕਾਜੀ ਸਮਝੀ ਜਦੋਂ ਰੱਬ ਦੇ ਨਾਮ ਦੇ ਨਾਲ ਸੱਚੇ ਗਿਆਨ ਦੇ ਨਾਲ ਤੇਰੀ ਡੂੰਗੀ ਸਾਂਝ ਪੈ ਗਈ ਜਿਸ ਨਾਲ ਮੌਤ ਦਾ ਡਰ ਮੁੱਕ ਜਾਂਦਾ ਏ ਸਦਾ ਰਹਿਣ ਵਾਲੇ ਨਾਲ ਆਪਣੀ ਸਾਂਝ ਦਾ ਪਤਾ ਲੱਗ ਜਾਂਦਾ ਏ ਜੇ ਬਹੁਤੇਰਾ ਪੜਿਆ ਹੋਵੇ ਹੈ ਕੋ ਰਹਿਣਾ ਪਰਿਆ ਪਾਈਏ ਭਾਵੇਂ ਕਿੰਨੀਆਂ ਹੀ ਧਾਰਮਿਕ ਕਿਤਾਬਾਂ ਪੜ ਲਈਆਂ ਜਾਣ ਮੌਤ ਫਿਰ ਵੀ ਨਹੀਂ ਟਲੇਗੀ ਇਹ ਸੱਚ ਹੈ ਜਿਸ ਦਾ ਅਸੀਂ ਸਾਹਮਣਾ ਕਰਨਾ ਹੀ ਕਰਨਾ ਹੈ ਇੱਥੇ ਕੋਈ ਵੀ ਭਰਿਆ ਨਹੀਂ ਰਹੇਗਾ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀ ਆਦਾਰੋ ਉਹ ਹੀ ਮੁਨਖ ਕਾਜੀ ਹੈ ਜਿਸਨੇ ਆਪਾ ਭਾਵ ਤਿਆਗ ਦਿੱਤਾ ਹੈ ਜਿਸਨੇ ਉਸ ਪਰਮੇਸ਼ਰ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈਪੀ ਹੋਸੀ ਜੈਨਾ ਜੈਸੀ ਸੱਚਾ ਸਿਰਜਣਹਾਰੋ ਉਹ ਸੱਚ ਰੂਪ ਪਰਮੇਸ਼ਰ ਹੋਣ ਵੀ ਹੈ ਅਤੇ ਅਗਾਹ ਨੂੰ ਵੀ ਰਹੇਗਾ ਜੋ ਨਾ ਜੰਮਦਾ ਏ ਨਾ ਮਰਦਾ ਏ ਜੋ ਸਦਾ ਕਾਇਮ ਰਹਿਣ ਵਾਲਾ ਏ ਸਭ ਦਾ ਰਚਨਹਾਰਾ ਏ ਪੰਜ ਵਕਤ ਨਿਵਾਜ਼ ਗੁਜ਼ਾਰਾ ਪੜ੍ਹੇ ਕਤੇਬ ਕੁਰਾਨਾ ਹੇ ਕਾਜੀ ਤੂੰ ਪੰਜ ਵੇਲੇ ਨਿਮਾਜ਼ਾਂ ਪੜ੍ਹਦਾ ਏ ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਬੀ ਕਿਤਾਬਾਂ ਧਾਰਮਿਕ ਕਿਤਾਬਾਂ ਨੂੰ ਪੜ੍ਹਦਾ ਏ ਹੋਰ ਧਰਮਾਂ ਦੇ ਵਿਅਕਤੀ ਵੀ ਆਪਣੇ ਆਪਣੇ ਧਾਰਮਿਕ ਗ੍ਰੰਥ ਪੜ੍ਹਦੇ ਨੇ ਹੋਰ ਧਰਮ ਕਰਮ ਕਰਦੇ ਨੇ ਪਰ ਜੇ ਜੀਵਨ ਦੀ ਅਸਲ ਸਚਾਈ ਮੌਤ ਨੂੰ ਨਹੀਂ ਸਮਝੇ ਤਾਂ ਇਹ ਗਿਆਨ ਕਿਸੇ ਕੰਮ ਨਹੀਂ ਆਉਂਦਾ ਨਾਨਕ ਆਖਿਆ ਗੁਰ ਸਦੇਈ ਰਹਿਓ ਪੀਣਾ ਖਾਣਾ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜਦੋਂ ਮੌਤ ਸੱਦਾ ਦਿੰਦੀ ਹੈ ਤਾਂ ਦਾਣਾ ਪਾਣੀ ਇੱਥੇ ਦੇ ਇੱਥੇ ਧਰਿਆ ਰਹਿ ਜਾਂਦਾ ਏ ਮੌਤ ਨੂੰ ਸਦਾ ਯਾਦ ਰੱਖੋ ਸੱਚ ਵਿੱਚ ਦਾ ਟਿਕ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ